वाहे गुरु 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 वाहे वाहे गुरु 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 वाहेगुरु जी का खालसा वाहेगुरु जी की फतेह जी। ਕਿਹੜੇ ਪਿੰਡ ਤੋਂ ਬਾਬਾ ਜੀ ਲੰਗਰ ਜਿਹੜਾ ਚਲਾ ਰਹੇ? ਇਹ ਪਿੰਡ ਮੀਆਂਪੁਰ ਦੀ ਸਾਧ ਸੰਗਤ ਵੱਲੋਂ ਜਿਹੜਾ ਲੰਗਰ ਆ ਇਹ ਚਲਾਇਆ ਜਾ ਰਿਹਾ ਜੀ। ਅਤੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ, ਕਿਉਂਕਿ ਇੱਥੋਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਹੜੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਜਨਮ ਇੱਥੋਂ ਪ੍ਰਕਾਸ਼ ਹੋਇਆ, ਇੱਥੋਂ ਬਾਬਾ ਬੁੱਢਾ ਸਾਹਿਬ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲ ਜਿਹੜੇ ਮਾਤਾ ਗੰਗਾ ਜੀ ਸੀ ਉਹ ਇੱਥੇ ਨੰਗੇ ਪੈਰੀਂ ਚੱਲ ਕੇ ਆਏ ਅਤੇ ਮਿੱਸੇ ਪ੍ਰਸ਼ਾਦੇ ਗੰਢੇ ਚਾਰ ਹੋਰ ਵੀ ਪਦਾਰਥ ਜਿਹੜੇ ਉਸ ਟਾਈਮ ਦੇ ਉੱਤੇ ਚੱਲਦੇ ਸੀ ਉਹ ਲੈ ਕੇ ਇੱਥੇ ਨੰਗੇ ਪੈਰੀਂ ਆਏ ਅਤੇ ਨੰਗੇ ਪੈਰੀਂ ਆ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਪੁੱਤਰ ਦੀ ਦਾਤ ਜਿਹੜੀ ਆ ਉਹ ਬਖਸ਼ੋ। ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰਦੇ ਹੋਏ ਉਸ ਪਰਮਾਤਮਾ ਦੇ ਅੱਗੇ ਮਾਤਾ ਗੰਗਾ ਜੀ ਨੂੰ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਘਰ 'ਚ ਜਿਹੜੀ ਆ ਉਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਜਿਹੜੇ ਮੀਰੀ ਪੀਰੀ ਦੇ ਮਾਲਕ ਹੋਏ ਜਿਨ੍ਹਾਂ ਨੇ ਇਸ ਸਿੱਖ ਪੰਥ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਗੁਰੂਆਂ ਦੀ ਬੜੀ ਦੇਣ ਆ ਸਾਨੂੰ, ਉਹਨਾਂ ਨੇ ਹੱਕ ਅਤੇ ਸੱਚ ਵਾਸਤੇ ਬੜੀ ਵੱਡੀਆਂ ਲੜਾਈਆਂ ਵੀ ਲੜੀਆਂ। ਚਾਰ ਜੰਗਾਂ ਜਿਹੜੀਆਂ ਨੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੜੀਆਂ ਨੇ। ਸੋ ਉਹਨਾਂ ਦੀ ਯਾਦ ਦੇ ਵਿੱਚ ਇੱਥੇ 21 ਅਤੇ 22 ਅੱਸੂ ਨੂੰ ਜਿਹੜਾ ਵਾ ਇਹ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਵਾ। ਅਤੇ 12-15 ਸਾਲ ਹੋ ਗਏ ਆ ਪਿੰਡ ਮੀਆਂਪੁਰ ਦੀ ਸੰਗਤ ਨੂੰ ਇਕੱਠੇ ਹੋ ਕਰਕੇ, ਅਤੇ ਆਏ ਵਰੇ ਜਿਹੜਾ ਵਾ ਉਹ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਆ। ਅਤੇ ਇਸੇ ਹੀ ਤਰ੍ਹਾਂ ਸਬਲਤ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਆ ਇਹ
गुरुद्वारे दे इतों के पिंड दे ते लंगर दे जिहड़े ने प्रधान भाई गुरजीत सिंह पहला इन्हां दे डैडी सरदार सेवा सिंह ही ठीक है। वो कुछ दो साल हो गए आ वो परमात्मा दे चरणां च जा चल गए ने ते उन्हां तों बाद ये सेवा जिहड़ी इसे तरह निभाउण डए ने ते बाकी साढ़े पिंड दे सरपंच बीबी मनजीत कौर ते सतनाम सिंह बाठ ये इन्हां वल्लों वी जिहड़ी आ ये बड़ी संजोग जिहड़ा वा ये लंगर नूं पूरा वाहिगुरु जी का खालसा वाहिगुरु जी की फतेह सारी संगत नूं वधाई दिंदे आ वाहिगुरु जी का खालसा वाहिगुरु जी।